ਪਟਿਆਲਾ ਵਿਖੇ ਮੈਡੀਕਲ ਕਾਲਜ ਵੀ ਡੀ ਆਰ ਐਲ ਲੈਬਾਰਟਰੀ ਸਟਾਫ ਨੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਸਟਾਫ ਨੇ ਜਿੱਥੇ ਤਿੰਨ ਮਹੀਨਿਆਂ ਦੀਆਂ ਤਨਖਾਹਾਂ ਤੇ ਕੰਟਰੈਕਟ ਵਧਾਉਣ ਲਈ ਕਲਮ ਛੋੜ ਕੰਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ ਤਉਂ ਹੀ ਹੜਤਾਲ ਕਾਰਨ ਹੁਣ ਕੋਰੋਨਾ ਸੈਂਪਲਿੰਗ ਵੀ ਪ੍ਰਭਾਵਿਤ ਹੋ ਰਹੀ ਹੈ ਜਿਸ ਦੇ ਚਾਲਦਿਆਂ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਹਿਆ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਪ੍ਰਦਰਸ਼ਨ ਐਵੇਂ ਹੀ ਜਾਰੀ ਰਹੇਗਾ कोरोना स्टार्ट ਹੋਇਆ ਸੀਗਾ 2020 ਦੇ ਵਿੱਚ ਉਦੋਂ ਅਸੀਂ ਇਸ ਲੈਬ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਤੇ ਉਸ ਲੈਬ ਉਸ ਦੌਰਾਨ ਅਸੀਂ ਸਾਰੇ ਜਾਨੇ ਪੋਜ਼ਿਟਿਵ ਵੀ ਹੋਏ ਆ ਰਿਵਾਰਡ ਦੇਣ ਦੀ وجہ ਸਰਕਾਰ ਸਾਨੂੰ ਕੱਢ ਰਹੀ ਹੈ ਸਰਕਾਰ ਸਾਨੂੰ ਕਹਿ ਰਹੀ ਹੈ ਹੁਣ ਤਾਂ ਕੋਰੋਨਾ ਖਤਮ ਹੈ ਜੀ ਤੁਸੀਂ ਤੁਹਾਡਾ ਕੀ ਕੰਮ ਹੈ ਕੋਰੋਨਾ ਹਲੇ ਚੱਲ ਰਿਹਾ ਹੈ ਇਹ WHO ਨੇ ਇਹ ਤਾਂ ਨਹੀਂ ਕਿਹਾ ਵੀ ਕੋਰੋਨਾ ਖਤਮ ਹੋ ਗਿਆ ਟੈਸਟਿੰਗ ਚੱਲ ਰਹੀ ਹੈ ਪਰ ਫਿਰ ਵੀ ਪੋਜ਼ਿਟਿਵ ਬੰਦੇ ਵੀ ਬਹੁਤ ਆ ਰਹੇ ਨੇ ਸੈਲਰੀ ਸਾਡੀਆਂ 3 ਮਹੀਨੇ ਦੀਆਂ ਡਿਊਜ਼ ਨੇ ਤੋਂ ਲੈਟਰਾਂ ਲੈ ਕੇ ਰੱਖ ਲੈਂਦੀ ਆ ਉਹਦਾ ਕੋਈ ਜਵਾਬ ਨਹੀਂ ਆਉਂਦਾ ਅਸੀਂ ਕਿੰਨੀ ਵਾਰੀ ਸਰਕਾਰ ਨੂੰ ਲੈਟਰ ਦੇ ਚੁੱਕੇ ਆ ਬਟ ਕਹਿ ਦਿੰਦੇ ਨੇ ਹਾਂਜੀ ਤੁਹਾਡਾ ਹੱਲ ਕਰਾਂਗੇ ਤੁਹਾਡਾ ਹੱਲ ਕਰਾਂਗੇ ਬਟ ਕੋਈ ਹੱਲ ਹੀ ਨਹੀਂ ਹੋ ਰਿਹਾ ਇੰਨਾ ਟਾਈਮ ਤੋਂ ਸਾਡੀ ਕੋਈ ਲਿਖਤੀ ਰੂਪ ਦੇ ਵਿੱਚ ਸਾਡੀ ਕੋਈ ਅੱਗੇ ਨਹੀਂ ਆਉਂਦੀ ਹੈਗੀ ਉਹਨਾਂ ਟਾਈਮ ਅਸੀਂ ਕੰਮ ਨਹੀਂ ਕਰਾਂਗੇ ਤੇ ਆਊਟਸੋਰਸ ਤੋਂ ਕੱਢ ਕੇ ਸਾਨੂੰ ਪੱਕੇ ਕੀਤੇ ਜਾਣ ਪੱਕੇ ਨਹੀਂ ਤਾਂ ਕਿਸੇ ਡਿਪਾਰਟਮੈਂਟ ਦੇ ਅੰਦਰ ਐਨਐਚਐਮ ਜਾਂ ਡੀਐਚਐਸ ਜਾਂ ਕਿਤੇ ਵੀ ਡਿਪਾਰਟਮੈਂਟ ਦੇ ਅੰਦਰ ਲਿਆ ਕੇ ਕਮ ਸੇ ਕਮ ਡੀਸੀ ਰੇਟ ਤਾਂ ਦਿੱ